ਹਾਲ ਜੀ ਮੈਂ ਬਲਵਿੰਦਰ ਸਿੰਘ ਸਰੰਗਲ ਲਾਈਵ ਭਾਰਤ ਫਤੇਗੜ ਚੂੜੀਆਂ ਤੋਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਫਤੇਗੜ ਚੂੜੀਆਂ ਦੇ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਮੈਡਮ ਰਜਵੰਤ ਕੌਰ ਰੰਧਾਵਾ ਦੇ ਗ੍ਰਹਿ ਵਿਖੇ ਜਿੱਥੇ ਅਸੀਂ ਅੱਜ ਰੰਧਾਵਾ ਪਰਿਵਾਰ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਪਿਛਲੇ ਲੰਬੇ ਸਮੇਂ ਤੋਂ ਰੰਧਾਵਾ ਪਰਿਵਾਰ ਦਾ ਲੋਕਾਂ ਨੂੰ ਇਮਾਨਦਾਰੀ ਦੇ ਤੌਰ ਤੇ ਖਾਸ ਕਰਕੇ ਪਤਾ ਹੈ ਕਿ ਇਹ ਪਰਿਵਾਰ ਇਮਾਨਦਾਰ ਅਤੇ ਪੜਿਆ ਲਿਖਿਆ ਪਰਿਵਾਰ ਹੈ ਕਿਉਂਕਿ ਲੋਕ ਇਹਨਾਂ ਨੂੰ ਪਸੰਦ ਕਰਦੇ ਹਨ ਤੇ ਲੋਕਾਂ ਨੂੰ ਇਹਨਾਂ ਤੇ ਬਹੁਤ ਆਸਾਂ ਹਨ ਲੋਕਾਂ ਨੂੰ ਇਹ ਵੀ ਆਸ ਹੈ ਕਿ ਸ਼ਹਿਰ ਦੇ ਵਿਕਾਸ ਬਾਰੇ ਇਹ ਵੱਧ ਚੜ ਕੇ ਸਹਯੋਗ ਦੇਣਗੇ ਇਹ ਇਹ ਵੀ ਦੱਸਣਾ ਬੰਦਾ ਹੈ ਕਿ ਜਿਵੇਂ ਕਿ ਆਪ ਵੀ ਜਾਣਦੇ ਹੋ ਕਿ 2022 ਦੀ ਇਲੈਕਸ਼ਨ ਨੂੰ ਕਰੀਬ 7 ਜਾਂ 8 ਮਹੀਨੇ ਰਹਿ ਗਏ ਹਨ ਇੰਨਾ 7-8 ਮਹੀਨਿਆਂ ਵਿੱਚ ਵਿਕਾਸ ਦੇ ਮੁੱਦਿਆਂ ਤੇ ਇਹਨਾਂ ਨੂੰ ਦਿਨ ਰਾਤ ਇੱਕ ਕਰਨੀ ਪਵੇਗੀ। ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦੇ ਵਿਚਾਰ ਵੀ ਸੁਣਾਂਗੇ ਇਹ 7-8 ਮਹੀਨਿਆਂ ਵਿੱਚ ਕਿਸ ਤਰ੍ਹਾਂ ਸ਼ਹਿਰ ਦੇ ਵਿਕਾਸ ਕਰਾਉਣਗੇ। ਅਸੀਂ ਗੱਲ ਜੀ ਮੈਂ ਪਲਵਿੰਦਰ ਸਿੰਘ ਸਰੰਗਲ ਲਾਈਵ ਭਾਰਤ ਫਤੇਗੜ ਚੂੜੀਆਂ ਤੋਂ ਅਸੀਂ ਗੱਲ ਕਰਨ ਜਾ ਰਹੇ ਹਾਂ ਨਗਰ ਕੌਂਸਲਰ ਦੇ ਨਵੇਂ ਪ੍ਰਧਾਨ ਮੈਡਮ ਰਜਵੰਤ ਕੌਰ ਰੰਧਾਵਾ ਜੀ ਨਾਲ ਜਿਨ੍ਹਾਂ ਕੋਲੋਂ ਅੱਜ ਵੱਖ-ਵੱਖ ਮੁੱਦਿਆਂ ਤੇ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਤਾਂ ਮੈਡਮ ਤੁਹਾਡਾ ਲਾਈਵ ਭਾਰਤ ਚੈਨਲ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਫਤੇਗੜ ਚੂੜੀਆਂ ਵਿੱਚ ਨਗਰ ਕੌਂਸਲ ਦੇ ਪਹਿਲੇ ਔਰਤ ਜਿਹੜੇ ਪ੍ਰਧਾਨ ਬਣਾਏ ਗਏ ਹੋ ਤੁਸੀਂ ਔਰਤਾਂ ਵਾਸਤੇ ਕੀ ਕਰਨਾ ਚਾਹੁੰਦੇ ਹੋ ਪਹਿਲਾ ਸਵਾਲ ਮੇਰਾ ਇਹ ਹੀ ਹੈ ਪਹਿਲਾਂ ਉਥੇ ਮੈਂ ਸਰਦਾਰ ਤ੍ਰਿਪਤਰ ਦਿਨਦਰ ਸਿੰਘ ਬਾਜਵਾ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੇ ਔਰਤਾਂ ਵਾਸਤੇ ਮੈਂ ਦੇਖ ਰਹੀ ਹਾਂ ਕਿ ਫਤੇਗੜ ਚੂੜੀਆਂ ਚ ਕਾਫੀ ਚੇਤੂ ਲੇਡੀਜ਼ ਨੂੰ ਵਾਸ਼ਰੂਮ ਦੀ ਬਹੁਤ ਪ੍ਰੋਬਲਮ ਆ ਰਹੀ ਆ ਤੇ ਅਸੀਂ ਦੋ ਤਿੰਨ ਜਗ੍ਹਾ ਤੇ ਜਗ੍ਹਾ ਆਇਡੈਂਟੀਫਾਈ ਕਰ ਲਈ ਆ ਤੇ ਅਸੀਂ ਜਲਦੀ ਵਾਸ਼ਰੂਮ ਬਣਾਉਣ ਜਾ ਰਹੇ ਹਾਂ ਇਸ ਤੋਂ ਇਲਾਵਾ ਹੋਰ ਤੁਸੀਂ ਕੀ ਨਵਾਂ ਕਰ ਰਹੇ ਹੋ ਕਿਉਂਕਿ ਪਹਿਲਾ ਚਾਂਸ ਤੁਹਾਨੂੰ ਜਿਹੜਾ ਹੈ ਪ੍ਰਧਾਨਗੀ ਦਾ ਮਿਲਿਆ ਹੈ ਉਹਦੇ ਬਾਰੇ ਦੱਸੋ ਤੁਸੀਂ ਕੀ ਕੀ ਨਵਾਂ ਕਰ ਰਹੇ ਹੋ ਕਮੇਟੀ ਘਰ ਵਿੱਚ ਅਸੀਂ ਸੁਝਾਅ ਬਾਕਸ ਲਾ ਰਹੇ ਹਾਂ ਕੋਈ ਵੀ ਆਪਣਾ ਸੁਝਾਅ ਜਿਹੜਾ ਵਾ ਜਾਂ ਕੰਪਲੇਂਟ ਆ ਉਹ ਤੇ ਸੁਝਾਅ ਬਾਕਸ ਵਿੱਚ ਪਾ ਸਕਦਾ ਵਾ ਤੇ ਅਸੀਂ ਉਹਦੇ ਤੇ ਗੌਰ ਕਰਾਂਗੇ ਤੇ ਉਹਦਾ ਮਸਲਾ ਹੱਲ ਕੀਤਾ ਜਾਊਗਾ ਜੀ ਜੋ ਵੀ ਮੁਸ਼ਕਲ ਹੋਏਗੀ ਸ਼ਹਿਰ ਵਾਸੀਆਂ ਨੂੰ ਹੱਲ ਕੀਤੀ ਜਾਊਗੀ ਲਾਈਵ ਭਾਰਤ ਤੇ ਸਭ ਤੋਂ ਵੱਡੀ ਖਬਰ ਫਤੇਗੜ ਚੂੜੀਆਂ ਦੇ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਮੈਡਮ ਰਜਵੰਤ ਕੌਰ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਨਗਰ ਕੌਂਸਲ ਵਿੱਚ ਸ਼ਹਿਰ ਵਾਸੀਆਂ ਦੇ ਸਹਿਯੋਗ ਸਹਿਯੋਗ ਨਾਲ ਫਤੇਗੜ ਚੂੜੀਆਂ ਦੇ ਨਗਰ ਕੌਂਸਲ ਦਫ਼ਤਰ ਵਿਖੇ ਇੱਕ ਸੁਝਾਅ ਬਕਸਾ ਲਗਾਇਆ ਜਾ ਰਿਹਾ ਹੈ ਇਸ ਸੁਝਾਅ ਬਕਸੇ ਵਿੱਚ ਸ਼ਹਿਰ ਨਿਵਾਸੀ ਆਪਣੇ ਸੁਝਾਅ ਜਿਹੜੇ ਉਹ ਦੇ ਸਕਦੇ ਆ ਅਤੇ ਤੁਰੰਤ ਉਸ ਦਾ ਹੱਲ ਵੀ ਕੀਤਾ ਜਾਏਗਾ ਮੈਂ ਬਲਵਿੰਦਰ ਸਿੰਘ ਸਰੰਗਲ ਬੇਰੇ ਸਹਿਯੋਗੀ ਸਾਥੀ ਡਾਕਟਰ ਵਿਕਰਮਜੀਤ ਸਿੰਘ ਲਾਈਵ ਭਾਰਤ ਫਤੇਗੜ ਚੂੜੀਆਂ ਅਸੀਂ ਹੁਣ ਗੱਲ ਕਰਨਾ ਜਾ ਰਹੇ ਹਾਂ ਫਤੇਗੜ ਚੂੜੀਆਂ ਦੇ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਰਜਵੰਤ ਕੌਰ ਦੇ ਪਤੀ ਐਡਵੋਕੇਟ ਸਰਦਾਰ ਨਵਤੇਜ ਸਿੰਘ ਰੰਧਾਵਾ ਨਾਲ ਉਹਨਾਂ ਕੋਲੋਂ ਵੀ ਆਪਾਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਵਿਕਾਸ ਦੇ ਮੁੱਦਿਆਂ ਤੇ ਕੀ ਵਿਚਾਰ ਹਨ ਕਿੱਦਾਂ ਇਹੋ ਕੰਮ ਗਾਂਹ ਕਰਨਗੇ ਗੱਲ ਕਰਨ ਜਾ ਰਹੇ ਹਾਂ ਐਡਵੋਕੇਟ ਸਰਦਾਰ ਨਵਤੇਜ ਸਿੰਘ ਰੰਧਾਵਾ ਨਾਲ ਰੰਧਾਵਾ ਸਾਹਿਬ ਪਹਿਲਾਂ ਤਾਂ ਤੁਹਾਡਾ ਲਾਈਵ ਭਾਰਤ ਚੈਨਲ ਤੇ ਸਵਾਗਤ ਜੀ ਬਹੁਤ-ਬਹੁਤ ਸ਼ੁਕਰੀਆ ਸਰੰਕਲ ਸਾਹਿਬ ਮੇਰਾ ਪਹਿਲਾ ਸਵਾਲ ਰੰਧਾਵਾ ਸਾਹਿਬ ਇਹ ਹੈ ਕਿ ਫਤੇਗੜ ਚੂੜੀਆਂ ਦੀ ਸਫਾਈ ਵਿਵਸਥਾ ਨੂੰ ਲੈ ਕੇ ਤੁਸੀਂ ਕੀ ਨਵਾਂ ਕਰ ਰਹੇ ਹੋ ਸਰੰਗਲ ਸਾਹਿਬ ਮੇਨ ਨਗਰ ਕੌਂਸਲ ਬਣ ਤੋਂ ਬਾਅਦ ਜਿਹੜਾ ਸਾਡਾ ਮੇਨ ਇਸ਼ੂ ਆ ਮੇਨ ਮੁੱਦਾ ਉਹ ਸਫਾਈ ਦਾ ਹੀ ਹੈ ਸਫਾਈ ਦੀ ਦਿੱਕਤ ਇਥੇ ਚੱਲ ਰਹੀ ਹੈ ਔਰ ਤੁਸੀਂ ਦੇਖੋ ਕਿ ਨੈਕਸਟ ਵੀਕ ਤੋਂ ਸਫਾਈ ਮੁਹਿੰਮ ਹੀ ਚਲਾਈ ਜਾਊਗੀ ਇੱਕ ਕੋਵਿਡ ਦਾ ਜਿਹੜਾ ਵਾ ਉਹ ਚੱਲ ਰਹੀ ਹੈ ਐਪੀਡੈਮਿਕ ਸ਼ਹਿਰ ਨੂੰ ਮੇਨ ਸਫਾਈ ਕਰਕੇ ਉਥੇ ਨੂੰ ਸੈਨੀਟਾਈਜ਼ ਕੀਤਾ ਜਾਏਗਾ ਔਰ ਗਲੀਆਂ ਨਾਲੀਆਂ ਸਾਰੀਆਂ ਸਾਫ ਕਰਾਈਆਂ ਜਾਣਗੀਆਂ ਔਰ ਉਹਨਾਂ ਦੇ ਮੱਛਨ ਬਾਰ ਵਾਲੇ ਦਵਾਈਆਂ ਦਾ ਛਿਲਕਾ ਵੀ ਪੀਤਾ ਜਾਊਗਾ ਜੀ ਇਸ ਤੋਂ ਇਲਾਵਾ ਮੈਨੂੰ ਇਹ ਦੱਸੋ ਕਿ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਲੋਕਾਂ ਦੀ ਵੀ ਇਹੀ ਡਿਮਾਂਡ ਹੈਗੀ ਏ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਇਸ ਮੁੱਦੇ ਤੇ ਠਾਲਦੇ ਨੇ ਵਿਰੋਧੀ ਪਾਰਟੀ ਵੀ ਇਸ ਗੱਲ ਦਾ ਮੁੱਦਾ ਠਾਲਦੀ ਏ ਕਿ ਫਤੇਗੜ ਚੂੜੀਆਂ ਵਿੱਚ ਸੀਵਰੇਜ ਸਿਸਟਮ ਦਾ ਅਤ ਮੰਦਾ ਹਾਲ ਹੋਇਆ ਪਿਆ ਹੈ ਜਦੋਂ ਵੀ بارش ਪੈ ਜਾਂਦੀ ਹੈ ਰਿਸ਼ਤੇਦਾਰ ਵੀ ਜਿਹੜੇ ਫਤੇਗੜ ਚੂੜੀਆਂ 'ਚ ਆਉਣ ਲਈ ਕੰਨੀ ਘਤਰਾਉਂਦੇ ਨੇ ਵੀ ਫਤੇਗੜ ਚੂੜੀਆਂ 'ਚ ਗੰਦਾ ਪਾਣੀ ਇਕੱਠਾ ਹੋਇਆ ਹੋਣਾ ਆਪਾਂ ਨਹੀਂ ਜਾਣਾਂ ਇਹਦੇ ਸਬੰਧ 'ਚ ਤੁਸੀਂ ਨਵਾਂ ਕੀ ਕਰਨਾ ਚਾਹੁੰਦੇ ਹੋ ਸਰੰਗਰ ਸਾਹਿਬ ਤੁਹਾਡੀ ਕੁਐਸਚਨ ਬਹੁਤ ਜੈਨੂਨ ਹੈ ਬਿਲਕੁਲ ਠੀਕ ਹੈ ਵੀ ਫਤੇਗੜ ਚੂੜੀਆਂ ਵਿੱਚ ਸੀਵਰੇਜ ਦੀ ਸਮੱਸਿਆ ਹੈਗੀ ਆ ਪਰ ਪਿਛਲੇ 10 ਸਾਲ ਸਰਕਾਰ ਅਕਾਲੀ ਭਾਜਪਾ ਦਾ ਇੱਥੇ ਰਹੀ ਸੀਗੀ ਔਰ ਇਹ ਸੀਵਰੇਜ ਉਹਨਾਂ ਹੀ ਪਾਇਆ ਸੀਗਾ ਪਰ ਉਹ ਸੀਵਰੇਜ ਪਾਉਣ ਨਾਲ ਕੋਈ ਸੀਵਰੇਜ ਸਮੱਸਿਆ ਹੱਲ ਨਹੀਂ ਹੋਈ। ਪਰ ਉਹ ਨਾ ਜਿਹੜਾ ਹੁਣ ਸਾਡਾ ਸਾਡੀ ਗੌਂਦ ਦਾ ਕਾਰਸ ਗੌਂਦ ਦਾ ਲੱਗ ਰਿਹਾ। ਔਰ ਅਸੀਂ ਸਰਦਾਰ ਤ੍ਰਿਪਤੀ ਸਿੰਘ ਬਾਜਵਾਜੀ ਦੇ ਨੋਟਿਸ 'ਚ ਇਹ ਗੱਲ ਆਂਦੀ ਸੀ। ਔਰ ਕਾਫੀ ਸਾਲਾਂ ਤੋਂ ਜਿਹੋਦੀ ਸਰਕਾਰ ਬਣੀ ਆ ਇਸ ਬਸੇ ਦਾ ਹੱਲ ਹੈ ਭਾਵੇਂ ਐਸਟੀਪੀ ਪਲਾਂਟ। ਉਹ ਜਗ੍ਹਾ ਨਹੀਂ ਸੀ ਸਾਨੂੰ ਲੱਗੇ ਕੋਈ ਯੋਗ ਜਗ੍ਹਾ ਜਿਹੜੀ ਸੀ ਉਹ ਨਹੀਂ ਮਿਲ ਰਹੀ। ਹੁਣ ਉਹ ਜਗ੍ਹਾ ਦਾ ਪ੍ਰਬੰਧ ਹੋ ਗਿਆ ਔਰ ਆਉਣ ਵਾਲੇ ਸਮੇਂ ਵਿੱਚ ਐਸਟੀਪੀ ਬਲੈਂਟ ਲੱਗ ਜਾਵੇਗਾ। ਔਰ ਫਤਿਹਗੜ ਚੂੜੀਆਂ ਦੀ ਸੇਵਾ ਦੀ ਸਮੱਸਿਆ ਜਿਹੜੀ ਆ ਉਹ ਬਿਲਕੁਲ ਪਰਮਾਨੈਂਟ ਜਿਹੜੀ ਆ ਹੱਲ ਹੋ ਜਾਏਗੀ ਜੀ ਫਤਿਹਗੜ ਚੂੜੀਆਂ ਦੇ ਬੱਸ ਸਟੈਂਡ ਦੀ ਜੇ ਗੱਲ ਕੀਤੀ ਜਾਵੇ ਤਾਂ ਬੱਸ ਸਟੈਂਡ ਦੀ ਵੀ ਅਤਮੰਦੀ ਹਾਲਤ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਉਹਨੂੰ ਨਵਾਂ ਬਣਾ ਰਹੇ ਕਿ ਜਾਂ ਉਹਨੂੰ ਰਿਪੇਅਰ ਕਰ ਰਹੇ ਹੋ ਸ੍ਰਿੰਗਲ ਸਾਹਿਬ ਬੱਸ ਸਟੈਂਡ ਜਿਹੜਾ ਉਹਨੂੰ ਬਿਲਕੁਲ ਢਾ ਕੇ ਇੱਕ ਮਾਡਰਨ ਬੱਸ ਸਟੈਂਡ 3-4 ਮਹੀਨਿਆਂ ਦੇ ਵਿੱਚ ਬਣ ਜਾਏਗਾ ਤਿਆਰ ਹੋ ਜਾਏਗਾ ਔਰ ਉਹ ਇੱਕ ਫਤਿਹਗੜ ਚੂੜੀਆਂ ਵਿੱਚ ਐਗਜ਼ਾਮਪਲ ਹੋਵੇਗਾ ਰੋ ਮਾਡਰਨ ਬੱਸਾਂ ਜਿਹੜਾ ਉਹ ਬਣਾਇਆ ਜਾਵੇਗਾ ਜੀ ਜੇਕਰ ਸਫਾਈ ਦੀ ਗੱਲ ਕੀਤੀ ਜਾਏ ਤਾਂ ਸਫਾਈ ਬਾਰੇ ਤੁਸੀਂ ਕੀ ਨਵਾਂ ਕਰ ਰਹੇ ਹੋ ਕਿਉਂਕਿ ਜੇ ਸ਼ਹਿਰ ਦੇ ਵੱਖ-ਵੱਖ ਬਾਹਰਲੇ ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਤਦਾਦ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੁੰਦੇ ਹਨ ਲੋਕ ਤੁਹਾਡੇ ਤੇ ਬਹੁਤ ਉਮੀਦਾਂ ਰੱਖਦੇ ਪਏ ਹਨ ਲੋਕ ਇਹ ਚਾਹੁੰਦੇ ਹਨ ਕਿ ਤੁਸੀਂ ਨਵਾਂ ਕੁਝ ਕਰੋ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਰੰਗਲ ਸਾਹਿਬ ਤੁਹਾਨੂੰ ਮੈਂ ਪਹਿਲੇ ਦੱਸਿਹਾ ਸਾਡਾ ਮੇਨ ਮੁੱਦਾ ਹੀ ਜੜਾਇਆ ਫਟੇਗੜ ਚੂੜੀ ਨੇ ਸਫਾਈ ਦਾ ਆ ਔਰ ਇਹਦੇ ਵਾਸਤੇ ਸਾਡੇ ਕੋਲ ਦੋ ਟਰੈਕਟਰ ਹੈਗੇ ਨੇ ਅਗੇ ਟਰਾਲੀਆਂ ਅਸੀਂ ਹੋਰ ਵੀ ਉਹ ਟਰੈਕਟਰ ਟਰਾਲੀ ਦਾ ਜਾਂ ਹੋਰ ਕਿਸੇ ਚੰਗੀ ਗੱਡੀ ਦਾ ਹਾਈਡਰੋਲਿਕ ਦਾ ਉਹ ਪ੍ਰਬੰਧ ਕਰਨ ਜਾ ਰਹੇ ਹਾਂ ਤਾਂ ਕਿ ਸ਼ਹਿਰ ਤੇ ਜਿਹੜਾ ਜਲਦੀ ਤੋਂ ਜਲਦੀ ਔਰ ਰੋਜ਼ ਜਿਹੜੀ ਆ ਸਫਾਈ ਜਿਹੜੀ ਆ ਪ੍ਰੋਪਰ ਢੰਗ ਨਾਲ ਹੋ ਸਕੇ ਔਰ ਕਿਤੇ ਵੀ ਗੰਦਗੀ ਨਾ ਫੈਲੇ ਕੋਈ ਬਿਮਾਰੀ ਨਾ ਫੈਲੇ ਜੀ ਇਸ ਤੋਂ ਇਲਾਵਾ ਮਜੀਠਾ ਰੋਡ ਪੈਟਰੋਲ ਪੰਪ ਦੇ ਨਜ਼ਦੀਕ ਜੋ ਕਿ ਨਗਰ ਕੌਂਸਲ ਦੀ हां द अंदर ये ओ सड़क औंदी है जिथे काफी तदाद ਵਿੱਚ ਟੋਏ ਜਿਹੜੇ ਆ ਸੜਕ 'ਚ ਪੈ ਗਏ ਨੇ بارش ਪੈਣ ਨਾਲ ਇਹਨਾਂ ਟੋਇਆਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਬੀਤੇ ਕੁਝ ਦਿਨ ਪਹਿਲਾਂ ਉਥੋਂ ਦੇ ਵਸਨੀਕਾਂ ਨੇ ਰੋਸ ਮਜਾਰਾ ਵੀ ਕੀਤਾ ਸੀ ਕਿ ਇਹ ਸੜਕ ਨਾ ਬੰਨ੍ਹਨ ਕਰਨ ਅਸੀਂ ਡਾਢੇ ਪਰੇਸ਼ਾਨ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਸਰਦਾਰ ਬਾਇਓ ਜੀ ਦੇ ਨੋਟਿਸ ਵਿੱਚ ਲਿਆ ਦਿੱਤਾ ਗਿਆ ਹੈ ਔਰ ਉਹਨਾਂ ਨੇ ਕੱਲ ਜਿਹੜੇ ਨਿਰਦੇਸ਼ ਦਿੱਤੇ ਨੇ ਪੀਡਬੀ ਨੂੰ ਡਿਪਾਰਟਮੈਂਟ ਨੂੰ ਔਰ ਉਹ ਵੀ ਆਉਣ ਵਾਲੇ 10-15 ਦਿਨਾਂ ਵਿੱਚ ਜਿਹੜਾ ਵਾ ਮਸਲਾ ਹੱਲ ਹੋ ਜਾਏਗਾ ਜੀ ਸਟੇਡੀਅਮ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਟੇਡੀਅਮ ਕਿੰਨੀ ਦੇਰ ਤੱਕ ਤਿਆਰ ਹੋਏਗਾ ਸਟੇਡੀਅਮ ਦੀ ਕੋਈ ਦਿੱਕਤ ਨਹੀਂ ਜੀ ਪੈਸੇ ਦੀ ਕੋਈ ਦਿੱਕਤ ਨਹੀਂ ਔਰ ਉਹਦਾ ਬਹੁਤ ਜੋਰਾਂ ਚ ਤੁਸੀਂ ਦੇਖਿਆ ਕੰਮ ਚੱਲ ਰਿਹਾ ਇੱਥੇ ਕੋ 35-40 ਸਾਲ ਤੋਂ ਪਹਿਲਾਂ ਜਿਹੜਾ ਸੀਗਾ ਕੂੜਾ ਸੁੱਟਿਆ ਜਾਂਦਾ ਸੀਗਾ ਔਰ ਉਹ 5-5 6-6 ਫੁੱਟ ਕੂੜਾ ਦੀ ਢੁਕਵੀਂ ਜਗ੍ਹਾ ਲਾ ਕੇ ਪਿੰਡ ਪਿੰਡੀ ਵਿੱਚ ਪ੍ਰਬੰਧ ਕਰਕੇ ਡੈਮ ਬਣਾਤਾ ਔਰ ਉਹ ਕੂੜਾ ਇੱਥੋਂ ਸਾਰਾ ਚਲ ਜਾ ਚੁੱਕਾ ਹੈ ਔਰ ਇੱਥੇ ਬਹੁਤ 5-6 ਫੁੱਟ ਭਰਤੀ ਪਈ ਆ ਸਲੋ ਇਸ ਕਰਕੇ ਕੰਮ ਚੱਲਿਆ ਵੀ بارش ਹੋ ਜੇ ਮਿੱਟੀ ਦੀ ਤੈਹ ਬਹਿ ਜਾਏ ਇਹ ਨਾ ਹੋਵੇ ਪੈਸਾ ਲਗੇ ਤੋਂ ਫੇਰ ਕੋਈ ਜਿਹੜੀ ਚੀਜ਼ ਆ ਬਣਾ ਦਈਏ ਸਟੇਡੀਅਮ ਬਣਾ ਦਈਏ ਉਹ ਕਿਤੇ ਬੈਠ ਨਾ ਜਾਵੇ ਉਹਦੇ ਕਰਕੇ ਸਲੋ ਕੰਮ ਚੱਲ ਰਿਹਾ ਹੈ ਬਾਕੀ ਕੋਈ ਦਿੱਕਤ ਨਹੀਂ 2-3 ਮਹੀਨੇ ਵਿੱਚ ਜਿਹੜਾ ਤੁਸੀਂ ਸਟੇਡੀਅਮ ਜਿਹੜਾ ਆਉਣ ਵਾਲੇ ਸਮੇਂ ਚ ਜਾਂ 4 ਮਹੀਨੇ ਵਿੱਚ ਜਿਹੜਾ ਉਹ ਤਿਆਰ ਹੋ ਜਾਏਗਾ ਥੈਂਕ ਯੂ ਜੀ ਸੋ ਇਹ ਹਨ ਐਡਵੋਕੇਟ ਨਵਤੇਜ ਸਿੰਘ ਰੰਧਾਵਾ ਜੀ ਜਿਨ੍ਹਾਂ ਨੇ ਬੜੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਇੱਕ ਇੱਕ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਮੈਂ ਬਲਵਿੰਦਰ ਸਿੰਘ ਸਰੰਗਲ ਸਰੋਗੀ ਸਾਥੀ ਡਾਕਟਰ ਵਿਕਰਮਜੀਤ ਸਿੰਘ ਲਾਈ ਭਾਰਤ ਫਾਦੇਗੜ ਚੋੜੀਆ